ਸਾਥੀਓ, ਸਭ ਦਾ ਬਹੁਤ ਬਹੁਤ ਸਵਾਗਤ ਹੈ। ਔਰ ਮੈਂ ਤਾਂ ਇਹ ਗੱਲ ਸਮਝਦਾ ਕਿ ਜਿਸ ਤਰੀਕੇ ਨਾਲ 3 ਚੁਣਾਵ ਮੈਂ ਸੁਜਾਨਪੁਰ ਤੋਂ ਲੜੇ ਔਰ ਹਰ ਚੁਣਾਵ 'ਚ ਐਕਸ ਸੰਸਦਾਂ ਵੱਲੋਂ ਲਗਾਤਾਰ ਮੈਨੂੰ ਜਿਹੜਾ ਉਹ ਸਪੋਰਟ ਕੀਤੀ ਗਈ ਔਰ ਇਹਨਾਂ ਦੀ ਬਦੌਲਤ ਹੀ ਮੈਂ 3 ਵਾਰ ਲਗਾਤਾਰ ਸੁਜਾਨਪੁਰ ਤੋਂ ਜਿੱਤਿਆ। ਔਰ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਪਹਿਲਾਂ ਚੁਣਾਵ ਲੜਿਆ, ਉਸ ਚੁਣਾਵ 'ਚ ਕੋਈ ਇਹ ਨਹੀਂ ਸਮਝ ਮੰਨਦਾ ਕਿ ਸੁਜਾਨਪੁਰ ਤੋਂ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ। ਮੇਰਾ ਵੀ ਰਾਜਨੀਤੀ 'ਚ ਕੋਈ ਬੜਾ ਲੰਬਾ ਚੌੜਾ ਸਫ਼ਰ ਨਹੀਂ ਦਾ, ਲੇਕਿਨ ਉਹਦੇ ਬਾਵਜੂਦ ਜਿਸ ਤਰੀਕੇ ਨਾਲ ਟਿਕਟ ਮਿਲੀ, ਟਿਕਟ ਮਿਲਣ ਤੋਂ ਬਾਅਦ ਹਰ ਇੱਕ ਗਾਉਂ 'ਚ, ਹਰ ਇੱਕ ਪਿੰਡ 'ਚ ਐਕਸ ਸਰਵਿਸਮੈਨ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ ਪਹਿਲੀ ਵਾਰ ਜਿਹੜਾ ਹੈ ਪਿੰਡਾਂ ਦੇ ਕਿਸੇ ਵਿਅਕਤੀ ਨੂੰ ਟਿਕਟ ਮਿਲੀ ਹੈ। ਸੋ ਮੈਂ ਤਾਂ ਇਹਨਾਂ ਦਾ ਤਹਿ ਦਿਲ ਤੋਂ ਆਭਾਰ ਵਿਅਕਤ ਕਰਨਾ ਔਰ ਮੈਂ ਤਾਂ ਇਹ ਸਮਝਦਾ ਕਿ ਮੈਂ ਇਹਨਾਂ ਦਾ ਰਿਣੀ ਹਾਂ ਸਭ ਦਾ, ਕਿ ਜਿਨ੍ਹਾਂ ਨੇ ਲਗਾਤਾਰ ਸੁਜਾਨਪੁਰ ਜਿਹੜਾ ਇੱਕ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ, ਕਾਂਗਰਸ ਦੇ ਗੜ੍ਹ 'ਚੋਂ ਭਾਰਤੀ ਜਨਤਾ ਪਾਰਟੀ ਜਿਤਾਉਣਾ, ਇਹ ਸਭ ਤੁਹਾਡਾ ਆਸ਼ੀਰਵਾਦ ਹੈ। ਔਰ ਉਸਦੇ ਨਾਲ ਨਾਲ ਸੁਜਾਨਪੁਰ 'ਚ ਮੈਂ ਲਗਾਤਾਰ ਤੁਹਾਡੇ ਆਸ਼ੀਰਵਾਦ ਨਾਲ ਮਿਹਨਤ ਕੀਤੀ ਹੈ ਔਰ ਐਸੇ ਐਸੇ ਕੰਮ ਸੁਜਾਨਪੁਰ 'ਚ ਹੋਏ ਜਿਹੜੇ 60 ਸਾਲ 'ਚ ਕਾਂਗਰਸ ਨਹੀਂ ਕਰ ਸਕੀ। ਉਸਦੇ ਨਾਲ ਨਾਲ ਕੁਛ ਮੈਂ ਮੇਰੇ ਮਨ ਪ੍ਰਯਾਸ ਕੀਤਾ ਕਿ ਆਪਣੇ ਸੁਜਾਨਪੁਰ ਤੋਂ ਜਿਹੜੇ ਲੋਕ ਨੇ, ਜਿਹੜੇ ਪਾਰਟੀ ਦੇ 50-40 ਸਾਲ ਤੋਂ ਚੱਲੇ ਦੇ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕਿ ਉਹਨਾਂ ਦੇ ਬੱਚੇ ਪੜ੍ਹਾਏ ਜਾਣ, ਜਿਹੜੇ ਪਰਿਵਾਰ, ਜਿਹੜੇ ਮਾਂ ਬਾਪ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਸਕਦੇ, ਉਹਨਾਂ ਬੱਚਿਆਂ ਵਾਸਤੇ ਮੈਂ ਕੋਸ਼ਿਸ਼ ਕੀਤੀ ਔਰ 1200 ਦੇ ਕਰੀਬ ਬੱਚੇ ਮੈਂ ਸੁਜਾਨਪੁਰ ਦੇ ਜਿਹੜੇ ਮੈਂ ਪੜ੍ਹਾਏ ਜਾਂਦੇ ਨੇ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜਦੋਂ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਡਿਵੈਲਪਮੈਂਟ ਉਦੋਂ ਹੋਈ ਹੈ। ਜਿਹੜੇ ਵਿਰੋਧੀ ਜਾਖੜ ਸਾਹਿਬ ਕੋਲ ਚੁਣਾਵ ਲੜੇ ਗਏ ਨੇ, ਉਹਨਾਂ ਦੇ ਬਾਰੇ ਮੈਂ ਇੱਕ ਦੋ ਗੱਲਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਇੱਕ ਤਾਂ ਜਿਹੜਾ ਉਹ ਵਾਰ ਵਾਰ ਆਪਣੇ ਚੁਣਾਵ 'ਚ ਇਹ ਗੱਲ ਕਹਿੰਦੇ ਨੇ ਕਿ ਨਿਆਲੀ ਆਈਟੀਆਈ ਕਾਲਜ ਬਹੁਤ ਜਲਦ ਮੈਂ ਸ਼ੁਰੂ ਕਰਵਾਉਣ ਜਾਇਆ ਕਰਦਾ, ਉਹ ਲੋਕਾਂ ਨੂੰ ਗੁੰਮਰਾਹ ਕਰੇਗਾ। ਨਿਆਲੀ ਆਈਟੀਆਈ ਕਾਲਜ ਜਿਹੜਾ ਉਹ ਪਿਛਲੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸਰਕਾਰ ਸੀ, ਉਹਦੇ 'ਚ ਸੈਂਕਸ਼ਨ ਹੋਇਆ ਔਰ ਉਹਦਾ ਟੈਂਡਰ ਵੀ ਹੋਏ ਨੇ, ਸਿਰਫ ਉਹਦੀ ਫੋਰੈਸਟ ਦੀ ਪਰਮਿਸ਼ਨ ਨਹੀਂ ਮਿਲੀ, ਜਿਹਦੇ ਕਾਰਨ ਕਾਲਜ ਜਿਹੜਾ ਲੇਟ ਹੋਇਆ। ਦੂਸਰਾ ਇਹ ਹੈ ਕਿ ਜਿਸ ਤਰੀਕੇ ਨਾਲ ਮਾਹੌਲ ਦਾ ਸੁਜਾਨਪੁਰ ਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਨੂੰ ਤਾਂ ਕਹਿੰਦੇ ਕਿ 50% ਰਿਜ਼ਰਵੇਸ਼ਨ ਨਹੀਂ ਹੈ ਮਹਿਲਾ ਨੂੰ ਜੋ ਦੇਖਦੇ ਨੇ, ਲੇਕਿਨ ਜਿਸ ਤਰੀਕੇ ਨਾਲ 200-200 ਫੁੱਟਾਂ ਨਾਲ ਜਿੱਤੇ ਦੀਆਂ ਮਹਿਲਾਵਾਂ ਜਿਨ੍ਹਾਂ ਨੂੰ ਪਹਿਲੇ ਦਿਨ ਹਾਰ ਪਾਏ ਔਰ ਅਗਲੇ ਦਿਨ ਸਰਟੀਫਿਕੇਟ ਕਿਸੇ ਹੋਰ ਨੂੰ ਦੇ ਦਿੱਤੇ, ਇਹ ਜਾਖੜ ਸਾਹਿਬ ਨੇ ਇਹ ਰਵਾਇਤ ਪਾਈ ਹੈ ਸਾਡੇ ਸੁਜਾਨਪੁਰ 'ਚ। ਔਰ 3 ਸਮਤੀਆਂ ਐਸੀਆਂ ਜਿਹੜੀਆਂ ਲਹਿਰੂਣ ਸਮਤੀ ਜਿਹੜੀ 98 ਵੋਟਾਂ ਜਿੱਤਦੀ ਸੀ, ਉੱਥੇ ਵੀ ਸਰਟੀਫਿਕੇਟ ਕਿਸੇ ਹੋਰ ਦੇ ਦਿੱਤਾ। ਉਸ ਤੋਂ ਬਾਅਦ ਜਿਹੜਾ ਕਰੋਲੀ ਦੀ ਸਮਤੀ ਸੀ, ਉਹ ਵੀ ਲੇਡੀ ਲੜਾਈ ਕਰਦੀ ਸੀ, ਉੱਥੇ ਵੀ ਸਰਟੀਫਿਕੇਟ ਕਿਸੇ ਹੋਰ ਦੇ ਦਿੱਤਾ। ਔਰ ਇੱਕ ਜਿਹੜੀ ਪੰਗੂੜੀ ਦੀ, ਪੰਗੂੜੀ ਤੋਂ ਵੀ ਮੇਰੇ ਕੋਈ ਸਾਥੀ ਆਏ ਹੋਏ ਨਾ ਐਸਲ, ਸਭ ਦੇ ਧਿਆਨ 'ਤੇ ਵੀ ਜਿੱਤੇ ਹੋਏ ਕੈਂਡੀਡੇਟ ਜਿਹੜਾ ਹੈ ਉਸ ਤੋਂ ਅਗਲੀ ਵਾਰੀ ਜਿਹੜਾ ਰਾਬਤਾ ਲੈ। ਮੇਰਾ ਇਹ ਕਹਿਣਾ ਕਿ ਇਹ ਬੜਾ ਸ਼ਾਂਤ ਪ੍ਰੇ ਔਰ ਬੜਾ ਵਧੀਆ ਇਲਾਕੇ ਨੇ, ਬੜੇ ਲੋਕ ਬੜੇ ਸ਼ਰੀਫ ਲੋਕ ਨੇ ਇਲਾਕੇ ਦੇ। ਔਰ ਇਹਨਾਂ ਇਲਾਕਿਆਂ 'ਚ ਜਿਸ ਤਰੀਕੇ ਨਾਲ ਜਾਖੜ ਸਾਹਿਬ ਜਿਹੜੀ ਇਹ ਰਵਾਇਤ ਪਾਇਆ ਕਹਿੰਦੇ ਨਾ ਧੱਕੇਸ਼ਾਹੀ, ਇਹ ਲੋਕਾਂ ਨੂੰ ਮਨਜ਼ੂਰ ਨਹੀਂ ਹੋਣੀ ਔਰ ਇਸ ਚੁਣਾਵ ਦੇ ਵਿੱਚ ਲੋਕਾਂ ਨੂੰ ਉਹਦਾ ਜਵਾਬ ਦੇਣਾ ਹੈ। ਲੋਕਾਂ ਨੇ ਦੱਸਣਾ ਵੀ ਜੋ ਤੁਸੀਂ ਧੱਕੇਸ਼ਾਹੀ ਕੀਤੀ ਹੈ, ਇਸ ਕਰਕੇ ਇਹ ਚੁਣਾਵ ਦਾ ਸਮੇਂ ਹੈ। ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ, ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਔਰ ਆਪਣੇ ਜਿਹੜੇ ਇੱਥੋਂ ਕੈਂਡੀਡੇਟ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਔਰ ਅਕਾਲੀ ਦਲ ਦੇ ਸੰਨੀ ਦਿਓਲ ਜੀ ਜਿਹੜੇ ਖੜ੍ਹੇ ਨੇ, ਉਹਨਾਂ ਨੂੰ ਜਿਤਾ ਕੇ ਭੇਜਣਾ। ਔਰ ਚੁਣਾਵ ਜਿਹੜਾ ਇੱਕ ਇੱਕ ਵੋਟ ਜਿਹੜੀ ਹੈ ਕਮਲ ਦੇ ਫੁੱਲ 'ਤੇ ਪਏ, ਉਹਦੇ ਵਾਸਤੇ ਆਪਾਂ ਪ੍ਰਯਾਸ ਕਰਨਾ ਕਿ ਕਮ ਤੋਂ ਕਮ ਅਗਲੇ ਜਿਹੜੇ 4-5 ਦਿਨ ਘਰ ਘਰ ਜਾ ਕੇ ਲੋਕਾਂ ਨੂੰ ਸਮਝਾਉਣਾ ਕਿ ਅਸੀਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ, ਇਸ ਕਰਕੇ ਹਰ ਇੱਕ ਵੋਟ ਜਿਹੜੀ ਹੈ ਕਮਲ ਦੇ ਫੁੱਲ 'ਤੇ ਪਏ।
और जिस दिन चुनाव है एक एक व्यक्ति को घरों कढ़ना बूटा हौसले कि हर हाल च एक एक वोट जी कमल के फुल से पे और वध तो वध जी है वोटिंग होए। तो सब का बहुत बहुत धन्यवाद, सब का बहुत बहुत स्वागत और खास करके अक्सर सुनने का जेडे लगातार भारतीय जनता पार्टी का चुनाव बहुत बहुत धन्यवाद।